ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸਿੰਘ ਚੜ੍ਹ ਗਿਆ ਆਪਣਾ ਟਾਵਰ 'ਤੇ, ਰੋਸ ਕਰਕੇ ਜੀ ਇਹਨਾਂ ਨੇ ਆਪਣਾ ਜਿਹੜਾ ਮੇਲਾ ਲਾਇਆ ਇੱਥੇ, ਪ੍ਰਸ਼ਾਸਨ ਨੇ ਇਜਾਜ਼ ਦਿੱਤੀ, ਉੱਥੇ ਡੀਜੇ ਲੱਗੀ ਜਾਂਦੇ, ਇੱਕ ਪਾਸੇ ਸ਼ਹੀਦੀ ਦਿਹਾੜੇ ਚੱਲਦੇ ਆ, ਇੱਕ ਪਾਸੇ ਸ਼ਹੀਦੀ ਦਿਹਾੜੇ ਚੱਲਦੇ ਆ। ਵੇਖੋ ਜੀ ਟਾਵਰ ਦੇ ਉੱਤੇ ਚੜ੍ਹਿਆ ਤਾਂ ਜਾਣ ਦਾ ਕੋਈ ਰਸਤਾ ਹੈ ਨਹੀਂ, ਜਾਲੇ ਬੈਠੇ ਹਾਂ ਹੁਣ। ਜਿੰਨੇ ਕੁ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇੱਥੇ ਸਰਕਾਰ ਨੇ, ਉਨੇ ਕੁ ਥੱਲੇ ਨਹੀਂ ਉਤਰਨਾ ਗਾ। ਮਹਾਰਾਜ ਕਿਰਪਾ ਕਰੇ, ਬਸ ਡੋਲਣ ਨਾ ਦੇਵੇ ਮਹਾਰਾਜ ਸਿਰਕ ਤੋਂ, ਅਤੇ ਇਹਨਾਂ ਦਾ ਮੇਲਾ ਬੰਦ ਕਰਾਉਣਾ ਜਿਹੜਾ ਉੱਥੇ ਲਾਇਆ ਜੀ ਇਹਨਾਂ ਨੇ। ਇਹ ਮੇਲਾ ਜਿੰਨੀ ਕਰ ਚੱਲੂਗਾ ਉਨੀ ਕਰ ਸਾਡੇ ਦਿਲ ਬਹੁਤ ਦੁਖੀ ਜਾਂਦੇ ਆ। ਇੱਕ ਪਾਸੇ ਡੀ ਜੇ ਲਾਈ ਬੈਠੇ, ਇੱਕ ਪਾਸੇ ਤਰ੍ਹਾਂ ਤਰ੍ਹਾਂ ਦੇ ਗਾਣੇ ਲਾ ਕੇ ਗੰਦੇ ਉੱਥੇ ਨਾਲ, ਉੱਥੇ ਆਪਣਾ ਪ੍ਰਸ਼ਾਸਨ ਨੇ ਇਹਨਾਂ ਨੂੰ ਦਿੱਤੀ ਆਪਣੀ ਇਜਾਜ਼ਤ। ਉਹ ਫਿਰ ਅਸੀਂ ਹੁਣ ਜਾਂ ਤਾਂ ਸ਼ਹੀਦੀ ਪਾਵਾਂਗੇ ਅਤੇ ਜਾਂ ਫਿਰ ਇਹ ਮੇਲਾ ਬੰਦ ਕਰਨਗੇ। ਇੰਨੀ ਕੁ ਮੇਰਾ ਭਰਾ, ਹੁਣ ਵੀਡੀਓ ਸ਼ੇਅਰ ਕਰ ਦਿਓ, ਇਹ ਨਾ ਹੋਵੇ ਤੁਸੀਂ ਵੀਡੀਓ ਸ਼ੇਅਰ ਨਾ ਕਰੇ, ਲੋਕਾਂ ਤੱਕ ਗੱਲ ਨਾ ਪਹੁੰਚੇ, ਸਰਕਾਰ ਤੱਕ ਗੱਲ ਨਾ ਪਹੁੰਚੇ। ਜੇ ਤਾਂ ਮੇਲਾ ਬੰਦ ਕਰ ਦੇਣਗੇ ਫਿਰ ਤਾਂ ਥੱਲੇ ਆ ਜਾਵਾਂਗੇ, ਨਹੀਂ ਤਾਂ ਫਿਰ ਉੱਤੇ ਰੱਖਾਂਗੇ ਜਿੰਨੇ ਚਿਰ ਮਹਾਰਾਜ ਰੱਖੂਗਾ। ਇਹ ਮੇਲਾ ਇਹ ਬੰਦ ਕਰਨਾ ਪੈਣਾ ਜਿਹੜਾ ਸਾਡੇ ਇਹ ਸੀਨੇ ਦੇ ਉੱਤੇ ਤੁਸੀਂ ਪੇਪਰ ਲਾਇਆ ਨਾ, ਇਹ ਅਸੀਂ ਲੱਗਣ ਨਹੀਂ ਦੇਣਾ ਗਾ। ਇਹ ਹਜੇ ਖਾਲਸੇ ਗੁਰੂ ਕੇ ਜਿਉਂਦੇ ਆ, ਕੋਈ ਮਾੜੀ ਮੋਟੀ ਗੱਲ ਨਹੀਂ। ਆ ਸਿੰਘ ਟਾਵਰ 'ਤੇ ਚੜ੍ਹ ਗਿਆ ਮੇਰਾ ਭਰਾ, ਇਹ ਸ਼ੇਅਰ ਕਰ ਦਿਓ ਹੈ ਨਾ, ਤੁਹਾਨੂੰ ਹੋਰ ਕੁਛ ਨਹੀਂ ਕਹਿੰਦਾ, ਲਾਈਕ ਕਮੈਂਟ ਕਰਨ ਨੂੰ ਸ਼ੇਅਰ ਕਰ ਦਿਓ ਮੇਰਾ ਭਰਾ। ਅਤੇ ਜਿੰਨੇ ਚਿਰ ਇਹ ਸਰਕਾਰ ਇਹ ਬੰਦ ਨਹੀਂ ਕਰਾਉਂਦੀ ਗੀ ਆ ਜਿਹੜਾ ਮੇਲਾ ਲਾਇਆ ਇਹਨਾਂ ਨੇ, ਉਨੇ ਕੁ ਥੱਲੇ ਨਹੀਂ ਆਉਂਦਾ ਹੁਣ। ਥੱਲੇ ਤਾਂ ਮੇਰੀ ਬਸ ਜਾਂ ਤਾਂ ਮੇਰੀ ਇਹ ਮਿੱਟੀ ਚੁੱਕ ਕੇ ਲੈ ਜਾਣਗੇ, ਅਤੇ ਜਿੰਨੇ ਚਿਰ ਬੰਦ ਨਹੀਂ ਹੁੰਦਾ ਹੈਗਾ ਇਹ ਨਹੀਂ ਵੀ ਮੈਨੂੰ ਥੱਲੇ ਉਂ ਲਾ ਲੈਣਗੇ ਇਹ। ਮਹਾਰਾਜ ਸਾਹਿਬ ਆਪਣੇ ਟਾਵਰ ਦੇ ਉੱਪਰ ਚੜ੍ਹੇ ਨੇ, ਕੀ ਮਾਮਲਾ ਕੀ ਹੋਈ ਸਰ? ਇਹ ਇੱਕ ਸਵੇਰੇ ਅੱਜ ਅਰਲੀ ਮੋਰਨਿੰਗ 9:30 BSNL ਟਾਵਰ ਮੋਗਾ ਵਿੱਚ ਦੁਸਹਿਰਾ, ਪੁਰਾਣੇ ਦੁਸਹਿਰਾ ਗਰਾਊਂਡ 'ਤੇ ਕਰਮਜੀਤ ਸਿੰਘ ਸਨ ਆਫ ਲਾਲ ਸਿੰਘ ਵਾਸੀ ਲੰਡੇ ਕੇ ਜਥੇਦਾਰ ਹੈ, ਇਹ ਚੜ੍ਹ ਗਿਆ ਉੱਪਰ ਚੜ੍ਹ ਗਿਆ। ਇਹ ਕਹਿੰਦਾ ਵੀ ਪ੍ਰੂਵਮੈਂਟ ਟਰੱਸਟ ਦਾ ਜਿਹੜਾ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ। ਉਹ ਪ੍ਰੂਵਮੈਂਟ ਟਰੱਸਟ 'ਚ ਜਿਹੜਾ ਮੇਲਾ ਚੱਲ ਰਿਹਾ ਉਹਦੇ 'ਚ DJ ਜਾਂ ਗੰਦੇ ਗਾਣੇ ਜਾਂ ਕੋਈ ਹੋਰ ਉੱਦਾਂ ਦੀਆਂ ਮੂਵਮੈਂਟ ਚੱਲ ਰਹੀ ਆ, ਉਹ ਕਹਿੰਦੇ ਜੋ ਵੀ ਸ਼ਹੀਦੀ ਦਿਹਾੜੇ ਚੱਲ ਰਹੇ ਆ, ਸੋਗ ਸਮਾਚਾਰ ਚੱਲ ਰਿਹਾ, ਸੋਗ ਲਹਿਰ ਚੱਲ ਰਹੀ ਆ, ਚਾਰ ਸਾਹਿਬਜ਼ਾਦੇ ਬਾਬਾ ਜੀ ਦੇ ਸ਼ਹੀਦ ਹੋਏ ਸੀਗੇ, ਕਿਉਂਕਿ 28 ਤਰੀਕ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਹੈ, ਅਤੇ ਉਸ ਨੂੰ ਜੋ ਵੀ ਜਸ਼ਨ ਮਨਾ ਰਹੇ ਆ ਉਹਨੂੰ ਬੰਦ ਕਰਾਓ। ਮੇਰੀ ਮੰਗ ਇੱਕੋ ਹੀ ਆ, ਕਹਿੰਦੇ ਵੀ ਜੋ ਵੀ ਪ੍ਰੂਵਮੈਂਟ ਟਰੱਸਟ 'ਚ ਹੈ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ, ਫਿਰ ਉਸ ਤੋਂ ਬਾਅਦ ਮੈਂ ਨੀਚੇ ਆਊਂਗਾ। ਪਰ ਅਸੀਂ ਡੀ ਸਾਹਿਬ ਦੀ ਮਾਨਯੋਗ ਐਸ ਸਿੰਘ ਸਾਹਿਬ ਦੀ ਬਦੌਲਤ ਮੈਂ ਇੱਥੇ ਉਹਨਾਂ ਨੂੰ ਸਮਝਾਉਣ ਆਏ ਹਾਂ ਅਸੀਂ, ਪ੍ਰਸ਼ਾਸਨ ਸਾਰਾ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਸਮਝਾ ਕੇ ਵਜਾ ਕੇ ਅਸੀਂ ਇਹਨਾਂ ਨੂੰ ਨੀਚੇ ਲੈ ਕੇ ਆਈਏ, ਅਤੇ ਅਸੀਂ ਜੋ ਵੀ ਉੱਥੇ ਪ੍ਰੋਗਰਾਮ ਚੱਲ ਰਿਹਾ ਉਹਨੂੰ ਆਪਾਂ ਉੱਥੇ ਜਿਹੜਾ ਬੰਦ ਕਰਾਤਾ। ਮਾਨਯੋਗ ਐਸ ਸਿੰਘ ਸਾਹਿਬ ਜੀ ਨਾਲ ਗੱਲਬਾਤ ਚੱਲ ਰਹੀ ਆ, ਉਹ ਕਹਿੰਦੇ ਸਪੀਕਰ ਬੰਦ ਕਰਾਤੇ ਅਸੀਂ, ਅਤੇ ਉਸ ਤੋਂ ਬਾਅਦ ਅਸੀਂ ਕੀਰਤਨ ਜਾਂ ਉੱਥੇ ਕੋਈ ਸਮਾਗਮ ਮਤਲਬ ਸੱਭਿਆਚਾਰ ਨੂੰ ਬੰਦ ਕਰਾ ਕੇ ਗੁਰਬਾਣੀ ਦਾ ਪ੍ਰੋਗਰਾਮ ਉੱਥੇ ਅਸੀਂ ਸਾਰਾ ਚਲਾ ਰਹੇ ਹਾਂ, ਉਸ ਤੋਂ ਬਾਅਦ ਇਹ ਜਾਣੀ ਕਿ ਉਹ ਪ੍ਰੋਗਰਾਮ ਨੂੰ ਅਸੀਂ ਬੰਦ ਕਰਾ ਰਹੇ ਹਾਂ। ਮਾਨਯੋਗ ਐਸ ਸਿੰਘ ਸਾਹਿਬ ਨੇ ਇਹ ਹੁਕਮ ਦਿੱਤਾ ਤੁਹਾਡੇ ਵੱਲੋਂ ਸਪੀਕਰ ਬੰਦ ਕਰਾਇਆ, ਪਰੰਤੂ ਇਹਨਾਂ ਵੱਲੋਂ ਕਿਹਾ ਗਿਆ ਮੇਲਾ ਬੰਦ ਕਰਾਉਣ ਵਾਸਤੇ? ਹਾਂ ਇਹ ਕਹਿ ਰਿਹਾ ਜੀ ਬੰਦ ਕਰਾਓ, ਪਰ ਉਹ ਜੋ ਸਰਕਾਰ ਇਹਨਾਂ ਦੀ ਮਨਜ਼ੂਰੀ ਜੋ ਵੀ ਹੋਊਗੀ ਉਸੇ ਤਰ੍ਹਾਂ ਹੀ ਅਸੀਂ ਜੋ ਪ੍ਰਸ਼ਾਸਨ ਦੀ ਦੇ ਅਕੋਰਡਿੰਗ ਹੀ ਚੱਲਾਂਗੇ ਅਸੀਂ, ਅਤੇ ਉਹਨੂੰ ਜਿਵੇਂ ਵੀ ਐਜ ਇਟ ਐਜ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ ਜਿਹੜਾ DJ ਵਗੈਰਾ ਉਹ ਬੰਦ ਕੀਤੇ ਜਾਣ। ਟਾਵਰ ਦੇ ਉੱਪਰ ਕਿੰਨੇ ਨੇ ਚੜ੍ਹੇ ਹੋਏ ਅਸੀਂ? ਟਾਵਰ ਉੱਪਰ ਇੱਕ ਜਣਾ ਚੜ੍ਹਿਆ ਹੋਇਆ ਜੀ, ਇੱਕ ਉਹਦਾ ਸਾਥੀ ਕੋਈ ਨਾਲ ਆਇਆ, ਉਹਨੂੰ ਸਮਝਾ ਕੇ ਬੁਝਾ ਕੇ ਉਹਨੂੰ ਨੀਚੇ ਲਿਆ ਰਹੇ ਹਾਂ ਅਸੀਂ, ਅਤੇ ਉਹਨੂੰ ਅਸੀਂ ਵਿਸ਼ਵਾਸ ਦਵਾ ਰਹੇ ਹਾਂ ਵੀ ਇਹ ਅਸੀਂ ਪ੍ਰੋਗਰਾਮ ਜੋ ਵੀ ਆ ਇਹਨੂੰ ਬੰਦ ਕਰਾ ਰਹੇ ਹਾਂ ਅਸੀਂ ਜਲਦੀ ਤੋਂ ਜਲਦੀ। ਮਾਨਯੋਗ ਐਸ ਸਿੰਘ ਸਾਹਿਬ ਹੁਕਮ ਦੇ ਰਹੇ ਆ, ਸਪੀਕਰ ਵੀ ਬੰਦ ਕਰਾ ਰਹੇ ਆ, ਅਤੇ ਉਹਨਾਂ ਨੂੰ ਜੋ ਵੀ DJ ਚੱਲ ਰਿਹਾ ਉਹ ਵੀ ਬੰਦ ਕਰਾ ਰਹੇ ਹਾਂ।